ਅਤੇ ਜੀ 3 ਵਜੇ ਦਾ ਡਾਕਟਰ ਦਾ ਟਾਈਮ ਆ। 3 ਵਜੇ ਅਸੀਂ ਅੰਮੀ ਨੂੰ ਲੈ ਕੇ ਡਾਕਟਰ ਦੇ ਜਾਣਾ। ਅੱਜ ਤੀਸਰਾ ਦਿਨ ਆ, ਅੰਮੀ ਦੀ ਟ੍ਰੀਟਮੈਂਟ ਹੋ ਰਹੀ ਆ। ਦੁਆ ਕਰੋ ਮੇਰੀ ਅੰਮੀ ਜੀ ਜਲਦੀ ਠੀਕ ਹੋ ਜਾਣ। ਸੱਚੀ ਧੀਆਂ ਮਜਬੂਰ ਹੋ ਜਾਂਦੀਆਂ ਆ। ਮੇਰਾ ਬਿਲਕੁਲ ਵੀ ਦਿਲ ਨਹੀਂ ਹੈਗਾ ਆਪਣੀ ਅੰਮੀ ਅੱਬੂ ਨੂੰ ਇੱਦਾਂ ਇਸ ਹਾਲ ਵਿੱਚ ਇਕੱਲੇ ਛੱਡ ਕੇ ਜਾਣ 'ਤੇ। ਇਸੀ ਵਜ੍ਹਾ ਤੋਂ ਫੈਸਲਾ ਇਹੀ ਸੋਚਿਆ ਕਿ ਆਪਣੀ ਅੰਮੀ ਅੱਬੂ ਨੂੰ ਨਾਲ ਲੈ ਜਾਂਦੀ ਹਾਂ। ਜਿੰਨੀ ਦੇਰ ਤੱਕ ਅੰਮੀ ਥੋੜ੍ਹੀ ਬਿਹਤਰ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਮੈਂ ਅੰਮੀ ਨੂੰ ਵਾਪਸ ਨਹੀਂ ਭੇਜੂੰਗੀ। ਅਤੇ ਬਸ ਸਾਡੇ ਵੀਰ ਦੀ ਵੀ ਮਜਬੂਰੀ ਆ, ਅੱਲਾ ਕਰੇ ਉਹਦੀ ਜਿਹੜੀ ਨੌਕਰੀ ਰਹਿ ਗਈ ਥੋੜ੍ਹੀ ਜਿਹੀ ਹੋ ਜਾਵੇ, ਉਹਨਾਂ ਤੋਂ ਬਾਅਦ ਹੀ ਕੁਛ ਸ਼ਾਇਦ ਅੰਮੀ ਅੱਬੂ ਹੋਣਾ ਦੇ ਨਾਲ ਕੋਈ ਰੌਣਕ ਹੋਵੇ। ਯਕੀਨ ਜਾਣੋ ਇੰਨੇ ਬਿਮਾਰ ਸੀਗੇ ਜਿੱਦਾਂ ਹੀ ਮੈਂ ਸ਼ਾਦੀ ਵੱਲੋਂ ਫ੍ਰੀ ਹੋਈ ਹਾਂ, ਅਤੇ ਬਲਕਿ ਜਿੱਦਣ ਸ਼ਾਦੀ ਅੱਲਾ ਦੀ ਬਰਾਤ ਸੀਗੀ ਉੱਦਣ ਵੀ ਅੰਮੀ ਦੀ ਜ਼ਿਆਦਾ ਤਬੀਅਤ ਖਰਾਬ ਸੀਗੀ। ਮੈਂ ਫਿਰ ਗਈ ਨਹੀਂ ਉੱਥੇ, ਉੱਥੇ ਸਿਰਫ ਮਰਜ਼ੇ ਦੇ ਬਾਬਾ ਜਾਨੀ ਨੇ ਸਾਰਾ ਕੰਮ ਵਗੈਰਾ ਕੀਤਾ ਔਰ ਸ਼ਾਦੀ ਜਿਹੜੀ ਹੈਗੀ ਉਸ ਮਾਸ਼ਾਅੱਲਾ ਸਹੀ ਸਹੀ ਹੋ ਗਈ। ਅਤੇ ਮੈਂ ਉੱਦਣ ਦੀ ਇੱਥੇ ਆਈ ਹੋਈ ਹਾਂ। 3 ਦਿਨ ਤਾਂ ਮੈਨੂੰ ਹੋਸ਼ ਹੀ ਨਹੀਂ ਸੀ ਹੈਗਾ ਕਿ ਮੈਂ ਕੋਈ ਵਲੌਗ ਬਣਾਵਾਂ, ਮੈਂ ਕੁਛ ਕਰਾਂ, ਕਿਉਂਕਿ ਕਦੀ ਸੁਬਹ ਡਾਕਟਰ ਦੇ ਲੈ ਕੇ ਜਾ ਰਹੇ ਹਾਂ ਅੰਮੀ ਨੂੰ, ਕਦੀ ਸ਼ਾਮ ਲੈ ਕੇ ਜਾ ਰਹੇ ਹਾਂ, ਬਸ ਇਸੇ ਤਰ੍ਹਾਂ। ਅਤੇ ਵਲੌਗ ਦੀ ਕਿਹੜੀ ਗੱਲ ਆ, ਵਲੌਗ ਤਾਂ ਪੈਂਦੇ ਰਹਿੰਦੇ ਨੇ, ਲੇਕਿਨ ਵਾਲਦੈਨ ਜਿਹੜੇ ਹੁੰਦੇ ਉਹਨਾਂ ਦੀ ਦੁੱਖ ਤਕਲੀਫ ਉਹ ਜ਼ਰੂਰੀ ਹੁੰਦੀ ਹੈ। ਇਸ ਵਾਸਤੇ ਮੈਂ ਆਪਣੀ ਮਾਂ ਨੂੰ ਤਰਜੀਹ ਦਿੱਤੀ ਕਿ ਮੇਰੀ ਮਾਂ ਪਹਿਲਾਂ ਬਿਹਤਰ ਹੋ ਜਾਵੇ, ਉਸ ਟਾਈਮ ਵਲੌਗ ਪਾਊਂਗੀ। ਲੇਕਿਨ ਅੱਜ ਮੈਂ ਜਾ ਰਹੀ ਹਾਂ, ਮੈਂ ਕਿਹਾ ਚਲੋ ਆਪਣੇ ਵਿਊਵਰਸ ਨੂੰ ਥੋੜ੍ਹਾ ਜਿਹਾ ਆਪਣੀ ਅੰਮੀ ਦੇ ਘਰ ਦਾ ਜਿਹੜਾ ਹਾਲ ਹਾਲਾਤ ਆ ਉਹ ਵੀ ਦਿਖਾਉਂਦੀ ਹਾਂ। ਅਤੇ ਬਾਕੀ ਦੁਆ ਕਰਨੀ ਆ ਮੇਰੇ ਤਮਾਮ ਭੈਣ ਭਰਾਵਾਂ ਨੇ ਤਾਂ ਕਿ ਮੇਰੀ ਅੰਮੀ ਜੀ ਜਲਦੀ ਜਲਦੀ ਠੀਕ ਹੋ ਜਾਣ। ਮੇਰੇ ਅੱਬੂ ਵੀ ਬਜ਼ੁਰਗ ਨੇ, ਅੰਮੀ ਵੀ ਬਜ਼ੁਰਗ ਨੇ, ਅੱਲਾ ਪਾਕ ਇਹਨਾਂ ਦੀ ਖੈਰ ਕਰੇ। ਸਾਡੇ ਤਾਂ ਹਮੇਸ਼ਾ ਸਿਰ ਮੱਥੇ ਆ, ਸਾਡੀ ਤਾਂ ਜੰਨਤ ਆ ਸਮਝੋ। ਔਰ ਅੱਲਾ ਪਾਕ ਮੇਰੇ ਤਮਾਮ ਭੈਣ ਭਰਾਵਾਂ ਦੇ ਵਾਲਦੈਨ ਨੇ ਉਹਨਾਂ ਨੂੰ ਤੰਦਰੁਸਤੀ ਔਰ ਅੱਛੀ ਸਿਹਤ ਵਾਲੀ ਲੰਬੀ ਜ਼ਿੰਦਗੀ ਅਤਾ ਕਰੇ, ਕਿਉਂਕਿ ਇਹ ਬੜੇ ਮਿੱਠੇ ਜਿਹੇ ਮੇਵੇ ਨੇ ਅਤੇ ਮਿੱਠੇ ਜਿਹੇ ਸਾਏ ਨੇ ਵਾਲਦੈਨ ਦੇ। ਬਾਜ਼ਕਾਤ ਨਿਆਣੀ ਉਮਰ 'ਚ ਨਹੀਂ ਪਤਾ ਲੱਗਦਾ ਬੰਦੇ ਨੂੰ, ਲੇਕਿਨ ਜਦੋਂ ਥੋੜ੍ਹਾ ਜਿਹਾ ਬੰਦਾ ਸਿਆਣਾ ਹੁੰਦਾ ਆ ਫਿਰ ਵਾਲਦੈਨ ਦੀ ਕਦਰ ਦਾ ਪਤਾ ਲੱਗਦਾ ਆ। ਔਰ ਜਿਨ੍ਹਾਂ ਦੇ ਵਾਲਦੈਨ ਨਹੀਂ ਹੁੰਦੇ ਉਹ ਤਾਂ ਵਿਚਾਰੇ ਸਾਰੀ ਜ਼ਿੰਦਗੀ ਆਪਣੇ ਵਾਲਦੈਨ ਵਾਸਤੇ ਸਾਰੀ ਗੱਲ ਆ ਮਿਸ ਕਰਦੇ ਨੇ ਉਹਨਾਂ ਨੂੰ। ਲੇਕਿਨ ਅਗਰ ਜਿਹੜੇ ਮੇਰੇ ਭੈਣ ਭਰਾਵਾਂ ਕੋਲ ਵਾਲਦੈਨ ਹੈ ਤਾਂ ਪਲੀਜ਼ ਉਹਨਾਂ ਦੀ ਦਿਲੀ ਤੌਰ 'ਤੇ ਕਦਰ ਕਰੋ, ਦੁਨੀਆਂ ਦੇ ਸਾਰੇ ਕੰਮ ਛੱਡ ਦਿਉ, ਲੇਕਿਨ ਆਪਣੇ ਵਾਲਦੈਨ ਦੀ ਜਿਹੜੀ ਇਹਨਾਂ ਤਵੱਜੋ ਉਹ ਲਾਜ਼ਮੀ ਕੀਤੀ ਕਰੋ। ਅਤੇ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਜਿਹੜਾ ਵਲੌਗ ਆ ਉਹ ਆਪਣਾ ਡੇਲੀ ਦਾ ਪਾਵਾਂ। ਲੇਕਿਨ ਬਾਜ਼ਕਾ ਜਦੋਂ ਇੱਦਾਂ ਦਾ ਅੰਮੀ ਵਾਲਾ ਪ੍ਰੋਬਲਮ ਹੋ ਜਾਂਦਾ ਵਿੱਚ ਬਿਮਾਰੀ ਦਾ, ਜਾਂ ਫਿਰ ਬੱਚੇ ਜਿੱਦਾਂ ਕਿ ਬਿਮਾਰ ਹੋ ਜਾਂਦੇ ਆ, ਫਿਰ ਜ਼ਾਹਰੀ ਗੱਲ ਮੇਰੇ ਕੋਲ ਬਾਜ਼ਕਾ ਮਿਸ ਵੀ ਹੋ ਜਾਂਦਾ ਆ। ਲੇਕਿਨ ਤੁਹਾਡੀ ਸਪੋਰਟ ਤੋਂ ਬਗੈਰ ਮੈਂ ਕੁਛ ਨਹੀਂ ਹੈਗੀ। ਪਲੀਜ਼ ਮੇਰੀ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕੀਤੀ ਕਰੋ, ਕਿਉਂਕਿ ਮੈਂ ਆਪਣੀ ਯੂਟਿਊਬ ਫੈਮਿਲੀ ਨਾਲ ਹੀ ਹਾਂ ਜੋ ਵੀ ਹੈਗੀ ਹਾਂ, ਅਤੇ ਮੇਰੀ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕੀਤੀ ਕਰੋ। ਅਤੇ ਹੁਣ ਜੀ ਇੰਤਜ਼ਾਰ ਕਰ ਰਹੇ ਹਾਂ ਰਿਕਸ਼ੇ ਦਾ, ਅੱਲਾ ਖੈਰ ਕਰੇ ਰਿਕਸ਼ਾ ਆਉਂਦਾ ਆ ਅਤੇ ਫਿਰ ਜਾਂਦੇ ਹਾਂ ਘਰ। ਅਤੇ ਅੰਮੀ ਨੂੰ ਅੱਜ ਤੀਸਰਾ ਦਿਨ ਜਿਹੜਾ ਚੈੱਕਅਪ ਆ ਉਹ ਵੀ ਅੰਮੀ ਦਾ ਕਰਵਾਉਂਦੇ ਹਾਂ, ਅਤੇ ਦੁਆ ਲਾਜ਼ਮੀ ਕਰਨੀ ਹੈ ਤਾਂ ਕਿ ਮੇਰੀ ਅੰਮੀ ਜੀ ਜਲਦੀ ਜਲਦੀ ਠੀਕ ਹੋ ਜਾਣ। ਸਾਡੇ ਔਲਾਦ ਤੋਂ ਬਗੈਰ ਵਾਲਦੈਨ ਦਾ ਕੋਈ ਸਹਾਰਾ ਨਹੀਂ, ਔਰ ਇਸੇ ਤਰ੍ਹਾਂ ਵਾਲਦੈਨ ਤੋਂ ਬਗੈਰ ਸਾਡਾ ਵੀ ਕੋਈ ਸਹਾਰਾ ਹੋਰ ਨਹੀਂ ਹੁੰਦਾ। ਧੀਆਂ ਦੇ ਤਾਂ ਸਮਝੋ ਕਿ ਮਾਣ ਹੁੰਦੇ ਨੇ ਪੇਕੇ ਭਰਾ। ਅਤੇ ਭਾਈ ਵੀ ਕੱਲ੍ਹ ਆਇਆ ਹੋਇਆ ਸੀਗਾ, ਉਹਦੀ ਛੁੱਟੀ 2 ਦਿਨ ਦੀ ਰਹਿ ਗਈ ਸੀ, ਵਿਚਾਰੇ ਨੂੰ ਮਜਬੂਰਨ ਵਾਪਸ ਜਾਣਾ ਪਿਆ ਆ। ਅਤੇ ਬਾਕੀ ਅੱਲਾ ਖੈਰ ਕਰਿਆ, ਅੱਜ ਅੰਮੀ ਅੱਬੂ ਨੂੰ ਮੈਂ ਨਾਲ ਲੈ ਜਾ ਰਹੀ ਹਾਂ, ਦੁਆ ਕਰਨੀ ਆ ਅਤੇ ਸਪੋਰਟ ਕਰਨੀ ਆ।